ਕਿਸ ਤਰ੍ਹਾਂ ਦੀ ਵਰਕਰ ਨਾਲ ਮੀਟਿੰਗ ਕੀਤੀ ਗਈ ਸੀ, ਕੀ ਇਲੈਕਸ਼ਨ ਦੀ ਪਲੈਨਿੰਗ ਹੈ? ਕਿਉਂਕਿ ਅੱਜ ਤੋਂ ਕਾਗਜ਼ ਭਰਨ ਦੀ ਤਰੀਕ ਸ਼ੁਰੂ ਹੋ ਚੁੱਕੀ ਹੈ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸਮਿਤੀਆਂ ਦੇ ਇਲੈਕਸ਼ਨ ਦੀ, ਅਤੇ ਸਾਡੀ ਪਾਰਟੀ ਵੱਲੋਂ ਸਾਰੇ ਸਾਡੇ ਅਬਜ਼ਰਵਰ ਸਾਹਿਬਾਨ ਦੋ ਦਿਨਾਂ ਤੋਂ ਲੋਕਲ ਲੀਡਰਸ਼ਿਪ ਨਾਲ ਗੱਲਬਾਤ ਕਰਕੇ ਜਿਨ੍ਹਾਂ ਨੂੰ ਇਲੈਕਸ਼ਨ ਲੜਾਉਣਾ ਉਹਨਾਂ ਕੈਂਡੀਡੇਟਾਂ ਦੀ ਸੂਚੀਆਂ ਤਿਆਰ ਕਰ ਰਹੇ ਹੈ। ਕਿਤੇ ਕੋਈ ਕਿਸੇ ਵਰਕਰਾਂ ਦੇ ਵਿੱਚ ਇਹ ਲੋਕ ਇਹ ਮਹਿਸੂਸ ਨਾ ਕਰਦੇ ਹੋਣ ਸਾਡੇ ਵਰਕਰ ਵੀ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ, ਇਸ ਕਰਕੇ ਅਬਜ਼ਰਵਰ ਔਰ ਖਾਸ ਤੌਰ 'ਤੇ ਮੇਰੀ ਡਿਊਟੀ ਇੱਥੇ ਲੱਗੀ ਹੈ। ਅਸੀਂ ਇੱਥੇ ਕੋਆਰਡੀਨੇਟ ਕਰਨ ਆਏ ਹਾਂ, ਬਿਲਕੁਲ ਕਿਸੇ ਨੂੰ ਡਿਸਟਰਬ ਕਰਨ ਨਹੀਂ ਆਏ। ਜੋ ਵਰਕਰ ਸਾਡਾ ਇਹ ਸੋਚਦਾ ਵੀ ਉਹਨੂੰ ਅਣਦੇਖਾ ਕੀਤਾ ਗਿਆ, ਉਹਦੀ ਗੱਲਬਾਤ ਸੁਣ ਕੇ ਉਹਦੀਆਂ ਗੱਲਾਂ ਹਾਈਕਮਾਂਡ ਤੋਂ ਹੀ ਪਹੁੰਚਾਉਣਾ ਸਾਡੀ ਡਿਊਟੀ ਹੈ। ਜਿੱਥੇ ਕੰਸੈਂਸਸ ਬਣ ਰਹੀ ਹੈ ਉੱਥੇ ਕੰਸੈਂਸਸ ਕੈਂਡੀਡੇਟ ਡਿਕਲੇਅਰ ਹੋ ਜਾਣਗੇ ਸ਼ਾਮ ਤਾਈਂ ਔਰ ਸਵੇਰ ਤਾਈਂ। ਜਿੱਥੇ ਕੋਈ ਇੱਕ ਦੋ ਜਗ੍ਹਾ ਦੇ ਉੱਤੇ ਕੋਈ ਕੰਸੈਂਸਸ ਨਾ ਬਣ ਪਾਇਆ ਉਹਦਾ ਪੈਨਲ ਬਣ ਕੇ ਉੱਥੇ ਭੇਜ ਦਿੱਤਾ ਜਾਏਗਾ ਅਤੇ ਸਾਡੀ ਹਾਈਕਮਾਂਡ ਡਿਸਾਈਡ ਕਰ ਦੇਗੀ। ਅਸੀਂ ਸੁਣ ਰਹੇ ਹਾਂ ਉਹ ਵਰਕਰਾਂ ਦੇ, ਉਹਨਾਂ ਨੇ ਆਪਣਾ ਹਰੇਕ ਨੇ ਦੱਸਣਾ ਹੁੰਦਾ ਕੈਰੀਅਰ ਬਾਰੇ, ਹਰੇਕ ਨੇ ਦੱਸਣਾ ਹੁੰਦਾ ਹੈ ਵੀ ਉਹਦਾ ਕੰਮਕਾਰ ਦੂਸਰੇ ਨਾਲੋਂ ਕਿਸ ਤਰੀਕੇ ਬਿਹਤਰ ਹੈ, ਉਹ ਆਪਣੀਆਂ ਚੀਜ਼ਾਂ ਦੱਸ ਰਹੇ ਹਨ। ਅੱਜ ਦੀ ਤਰੀਕ 'ਚ ਮੈਂ ਨਹੀਂ ਸਮਝਦਾ ਕੋਈ ਮੁਕਾਬਲਾ, ਕੋਈ ਪਾਰਟੀ ਇੱਕ ਹੈ ਉਹ ਆਪਣੇ ਅੰਦਰੂਨੀ ਝਗੜਿਆਂ 'ਚ ਹੈ, ਦੂਸਰੀ ਪਾਰਟੀ ਮੋਰਲ ਅਥਾਰਿਟੀ ਹੋਈ ਲੂਜ਼ ਕਰ ਗਈ, ਉਹ ਪਬਲਿਕ 'ਚੋਂ ਹੀ ਬਾਹਰ ਨਹੀਂ ਨਿਕਲਣ ਦੀ ਹੈਸੀਅਤ 'ਚ ਰਹੀ, ਅਤੇ ਅੱਜ ਦੀ ਤਰੀਕ 'ਚ ਸਮਝਦਾ ਕਾਂਗਰਸ ਪਾਰਟੀ ਦਾ ਕੋਈ ਮੁਕਾਬਲਾ ਨਹੀਂ ਹੈ। ਮੁੱਦੇ ਜੋ ਸਰਕਾਰ ਦਾ ਪਿਛਲੇ ਸਵਾ ਸਾਲ ਡੇਢ ਸਾਲ ਦਾ ਕੰਮ ਕਰ ਰਿਹਾ ਅਤੇ ਜਿਸ ਤਰੀਕੇ ਸਰਕਾਰ ਚੱਲ ਰਹੀ ਹੈ ਉਹਦੇ ਵਿੱਚ, ਚਾਹੇ ਨਸ਼ਿਆਂ ਦਾ ਮੁੱਦਾ, ਚਾਹੇ ਡੈਟ ਵੇਵਰ ਦਾ ਮੁੱਦਾ, ਚਾਹੇ ਲਾਅ ਐਂਡ ਆਰਡਰ ਦਾ ਮੁੱਦਾ, ਸਾਰੇ ਮੁੱਦੇ ਲੈ ਕੇ ਜਾਵਾਂਗੇ ਅਸੀਂ। ਨਸ਼ੇ ਨੂੰ ਕਿਸ ਤਰ੍ਹਾਂ ਜਿਸ ਤਰ੍ਹਾਂ ਸਾਡੀ ਪਾਰਟੀ ਸ਼ੁਰੂ ਤੋਂ ਇਹਨੂੰ ਡਿਸਕਰੇਜ ਕਰਦੀ ਆ ਰਹੀ ਹੈ, ਇਹ ਲਾਨਤ ਵੀ ਜਿਹੜੀ ਪਾਰਟੀ ਚਲੇ ਗਈ ਪਿਛਲੇ 10 ਸਾਲ ਰਾਜ ਕੀਤੀ ਉਹਨਾਂ ਨੇ ਸ਼ੁਰੂ ਕੀਤੀ ਸੀਗੀ, ਅਸੀਂ ਇਹਨੂੰ ਡਿਸਕਰੇਜ ਕਰਾਂਗੇ ਔਰ ਸਾਡੀ ਪਾਰਟੀ ਕਿਤੇ ਵੀ ਇਨਵਾਲਵ ਨਹੀਂ ਹੋਏਗੀ। ਬੀਜੇਪੀ ਦੇ ਮਸਲੇ ਨੂੰ ਲੈ ਕੇ ਮੱਕੜ ਜੀ ਦੇ ਐਸਪੀਸੀ ਸਾਬਕਾ ਵਿਧਾਨ ਦਾ ਬਿਆਨ ਕਿਸ ਤਰ੍ਹਾਂ ਦੇਖਦੇ ਹੋ? ਸਾਰੇ ਐਪੀਸੋਡ ਤੋਂ ਬਾਦਲ ਸਾਹਿਬ ਨੇ ਵੀ ਕੱਲ੍ਹ ਕਿਹਾ ਵੀ ਮੈਂ ਆਰਡਰ ਨਹੀਂ ਦਿੱਤਾ ਹੈਗਾ। ਹੁਣ ਕੋਈ ਕਿਸ ਤਰੀਕੇ ਝੂਠ ਬੋਲਦਾ ਇਹ ਤਾਂ ਪਤਾ ਨਹੀਂ, ਉਹਨਾਂ ਦੇ ਆਪ ਦੇ ਡੀਜੀ ਕਹਿੰਦੇ ਪਏ ਹੈ, ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਕਹਿੰਦੀ ਪਈ ਹੈ, ਅਤੇ ਜਦੋਂ ਕੇਸਿਸ CBI ਤੋਂ ਵਾਪਸ ਆ ਜਾਣਗੇ ਆਪੇ ਸਿੱਟ ਉਹਨੂੰ ਇਨਵੈਸਟੀਗੇਟ ਕਰ ਲਏਗੀ। ਜੇ ਬਾਦਲ ਸਾਹਿਬ ਬੇਕਸੂਰ ਹੋਣਗੇ ਬਚ ਜਾਣਗੇ, ਜੇ ਕਸੂਰਵਾਰ ਹੋਣਗੇ ਤਾਂ ਬਚਣਗੇ ਨਹੀਂ। ਫੂਲਕਾ ਸਾਹਿਬ ਦੇ ਐਪੀਸੋਡ ਨੂੰ ਕਿਸ ਤਰ੍ਹਾਂ ਦੇਖਦੇ? ਫੂਲਕਾ ਸਾਹਿਬ ਵੀ ਸਿੱਖ ਨੇ, ਉਹਨਾਂ ਨੂੰ ਵੀ ਉਨਾ ਹੀ ਦੁੱਖ ਹੋਇਆ ਹੋਇਆ ਜਿਵੇਂ ਸਾਰੇ ਪੰਜਾਬ ਦੀ ਜਨਤਾ ਨੂੰ ਹੋਇਆ ਹੋਇਆ, ਅਤੇ ਉਹਨਾਂ ਦਾ ਕਹਿਣਾ ਵਾਜਬ ਹੈ ਵੀ ਛੇਤੀ ਤੋਂ ਛੇਤੀ, ਜਿਵੇਂ ਪੰਜਾਬ ਦਾ ਹਰ ਇੱਕ ਆਦਮੀ ਕਹਿ ਰਿਹਾ, ਹਰ ਇੱਕ ਨਾਗਰਿਕ ਕਹਿ ਰਿਹਾ ਵੀ ਇਹਦੇ ਇਸ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ, ਖਾਸ ਤੌਰ 'ਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸਰ, ਅਕਾਲੀ ਦਲ ਜਿਹੜੀ ਹੈ 1920 ਦੇ ਜਿਹੜੇ ਟਕਸਾਲੀ ਆਗੂ ਨੇ ਉਹਨਾਂ ਨੂੰ ਮੂਹਰੇ ਕੀਤਾ ਗਿਆ, ਤੁਸੀਂ ਕੀ ਸਮਝਦੇ ਹੋ ਵੀ ਉਹ? ਇਹਦੇ ਤੋਂ ਹੀ ਪਤਾ ਚੱਲਦਾ ਵੀ ਅਕਾਲੀ ਦਲ ਦੇ ਅੰਦਰਲਾ ਖੋਖਲਾਪਨ। ਤੁਹਾਨੂੰ ਕੀ ਲੱਗਦਾ ਐਤਕੀ ਇਲੈਕਸ਼ਨ ਦੇ ਵਿੱਚ ਕੀ ਰਹੇਗਾ ਅਕਾਲੀ ਦਲ ਦਾ? ਮੈਨੂੰ ਲੱਗਦਾ ਨਹੀਂ, ਲੋਕ ਪਹਿਲਾਂ ਹੀ ਦੱਸਣਾ ਸ਼ੁਰੂ ਕਰ ਗਏ, ਉਹਨਾਂ ਨੂੰ ਬਾਹਰ ਨਿਕਲਣਾ ਬੰਦ ਕਰਿਆ ਹੋਇਆ, ਉਹਨਾਂ ਦੇ ਪੱਲੇ ਕੀ ਰਹੇਗਾ? ਸਰ, ਜਿਸ ਤਰ੍ਹਾਂ ਸੁਖਬੀਰ ਬਾਦਲ ਜੀ ਕਹਿੰਦੇ ਵੀ ਹਰਿਆਣਾ ਯੂਪੀ ਦੇ ਵਿੱਚ 50 MP ਖੜੇ ਕਰਾਂਗੇ, ਪੰਜਾਬ ਛੱਡ ਕੇ ਬਾਕੀ ਜਗ੍ਹਾ ਹੀ ਖੜੇ ਕਰਨਗੇ, ਕਾਰਨ ਕਿਉਂ? ਪੰਜਾਬ 'ਚ ਬਚਿਆ ਕੁਛ ਨਹੀਂ ਉਹਨਾਂ ਵਾਸਤੇ। ਮੈਡਮ, ਇਲੈਕਸ਼ਨ ਨੂੰ ਲੈ ਕੇ ਕਿਸ ਤਰ੍ਹਾਂ ਦੀ ਵਰਕਰ ਨਾਲ ਤਿਆਰੀ ਕੀਤੀ ਗਈ ਹੈ ਅਤੇ ਕਿਸ ਤਰ੍ਹਾਂ ਦੇ ਜਿਹੜੇ ਇਸ਼ੂ ਉਠਾਏ ਗਏ ਨੇ ਅਤੇ ਉਹਨਾਂ ਦਾ ਸੋਲੂਸ਼ਨ ਦੱਸਿਆ? ਜਿਹੜੀ ਇਹ ਇਲੈਕਸ਼ਨ ਹੋਣ ਜਾ ਰਹੀ ਹੈ, ਸਭ ਤੋਂ ਪਹਿਲਾਂ ਬਲੋਕ ਸਮਿਤੀਆਂ ਦੀ, ਜ਼ਿਲ੍ਹਾ ਪਰਿਸ਼ਦ ਦੀ ਅਤੇ ਉਸ ਤੋਂ ਬਾਅਦ ਸਰਪੰਚੀ ਦੀ ਇਲੈਕਸ਼ਨਾਂ, ਇਹ ਮੈਂ ਸਮਝਦੀ ਹਾਂ ਕਿ ਸਾਰਿਆਂ ਨਾਲੋਂ ਜਿਹੜੀ ਕਿਸੇ ਵੀ ਪਾਰਟੀ ਨੂੰ ਫੋਰਮ ਕਰਨ ਦੀ ਰੀੜ ਦੀ ਹੱਡੀ ਹੁੰਦੀ ਹੈ, ਇਹਨਾਂ ਇਲੈਕਸ਼ਨਾਂ 'ਤੇ ਉਹ ਰੀੜ ਦੀ ਹੱਡੀ ਖੜੀ ਹੁੰਦੀ ਹੈ। ਔਰ ਇਹ ਇਲੈਕਸ਼ਨਾਂ ਪਾਰਟੀ ਨੂੰ, ਵਰਕਰਾਂ ਨੂੰ ਮਜ਼ਬੂਤ ਕਰਨ ਵਾਸਤੇ ਇਹਦੇ ਵਿੱਚ ਅਸੀਂ ਸਾਰੇ ਹਿੱਸਾ ਲੈਂਦੇ ਹਾਂ। ਸੋ ਜੋ ਪਾਰਟੀ ਦੇ ਬੇਸਿਕ ਏਜੰਡਾ ਰਹੇ ਸੀਗੇ ਪੰਜਾਬ ਇਲੈਕਸ਼ਨ ਵਿੱਚ, ਉਹਨਾਂ ਹੀ ਏਜੰਡਾਸ ਨੂੰ ਅੱਗੇ ਲਿਜਾਂਦੇ ਹੋਏ ਇਹ ਇਲੈਕਸ਼ਨ ਲੜੀ ਜਾਏਗੀ, ਭਾਵੇਂ ਉਹ ਡਰੱਗਸ ਦਾ ਮੁੱਦਾ ਹੋਵੇ, ਭਾਵੇਂ ਉਹ ਬੇਰੁਜ਼ਗਾਰੀ ਦਾ ਮੁੱਦਾ ਹੋਵੇ, ਭਾਵੇਂ ਰੂਰਲ
ਏਰੀਆ 'ਚ ਜਿਹੜਾ ਕਰਜ਼ਾ ਮਾਫੀ ਦਾ ਮੁੱਦਾ ਹੋਵੇ ਉਹਦੇ ਜੋ ਜੋ ਸਰਕਾਰ ਨੇ ਹਲੇ ਤੱਕ ਪ੍ਰਾਪਤੀਆਂ ਕੀਤੀਆਂ ਪਲੱਸ ਜੋ ਸਰਕਾਰ ਅੱਗੇ ਉਹਨਾਂ ਨਾਲ ਇਹਨਾਂ ਚੁਣੌਤੀਆਂ ਨਾਲ ਲੜਨ ਦੇ ਜੋ ਜੋ ਸਕੀਮਸ ਸਰਕਾਰ ਸੋਚ ਰਹੀ ਹੈ ਉਹਨਾਂ ਸਾਰਿਆਂ ਮੁੱਦਿਆਂ ਨੂੰ ਲੈ ਕੇ ਇਲੈਕਸ਼ਨ ਲੜੀ ਜਾਏਗੀ। ਲੇਡੀਜ਼ ਅਤੇ ਯੂਥ ਨੂੰ ਕਿਸ ਤਰ੍ਹਾਂ ਦਾ ਮੌਕਾ ਦਿੱਤਾ ਜਾਏਗਾ? ਤੁਸੀਂ ਦੇਖੋ ਜਿਹੜੀਆਂ ਵੀ ਲਿਸਟਾਂ ਤਿਆਰ ਹੋਈਆਂ ਸਾਰੇ ਤਰੀਕੇ ਦੀਆਂ ਰਿਜ਼ਰਵੇਸ਼ਨਾਂ ਨੂੰ ਲੇਡੀਜ਼ ਦੀ ਪਾਰਟੀਸੀਪੇਸ਼ਨ ਨੂੰ ਹਰ ਕੈਟੇਗਰੀ ਦੀ ਪਾਰਟੀਸੀਪੇਸ਼ਨ ਨੂੰ ਮੱਦੇਨਜ਼ਰ ਰੱਖ ਕੇ ਲਿਸਟਾਂ ਬਣੀਆਂ ਗਈਆਂ ਔਰ ਮੇਰੀ ਆਪਣੀ ਪਰਸਨਲ ਕੋਸ਼ਿਸ਼ ਇਹ ਹੈ ਕਿ ਮੈਂ ਵੱਧ ਤੋਂ ਵੱਧ ਵਿਮੈਨ ਕੈਂਡੀਡੇਟਸ ਜਿੱਥੋਂ ਜਿੱਥੋਂ ਇੱਛਾ ਜ਼ਾਹਿਰ ਕਰਦੀ ਹਾਂ ਉਹਨਾਂ ਨੂੰ ਅੱਗੇ ਲੈ ਕੇ ਆਈਏ। ਜਿਵੇਂ ਕਿ ਮੇਰੇ ਨਾਲ ਹੀ ਇੱਕ ਉਦਾਹਰਨ ਦੇ ਤੌਰ 'ਤੇ ਮੇਰੇ ਭਾਈ ਸਾਹਿਬ ਖੜ੍ਹੇ ਨੇ, ਇਹਨਾਂ ਦੀ ਵਾਈਫ ਨੂੰ ਵੀ ਅਸੀਂ ਇਸ ਵਾਰ ਬਲੋਕ ਸਮਿਤੀ ਲੜਾਵਾਂਗੇ। ਸਿਮੀਲਰਲੀ ਜਿੱਥੇ ਜਿੱਥੇ ਵੀ ਸਾਡੇ ਕੋਲ ਚੰਗੀਆਂ ਪੜ੍ਹੀਆਂ ਲਿਖੀਆਂ ਐਕਟਿਵ ਲੇਡੀਜ਼ ਹੈਗੀਆਂ ਜੋ ਕੰਟੈਸਟ ਕਰਨਾ ਚਾਹੁੰਦੀਆਂ ਉਹਨਾਂ ਸਾਰਿਆਂ ਨੂੰ ਪਾਰਟੀ ਹਾਈ ਕਮਾਂਡ ਦੇ ਆਦੇਸ਼ਾਂ ਅਨੁਸਾਰ ਅਸੀਂ ਇਲੈਕਸ਼ਨ ਇਸ ਵਾਰੀ ਲੜਾਵਾਂਗੇ। ਤੁਸੀਂ ਬਾਦਲ ਸਾਹਿਬ ਦਾ ਜਿਹੜਾ ਐਪੀਸੋਡ ਹੋਇਆ ਜੱਸੀ ਰਣਜੀਤ ਸਿੰਘ ਨੂੰ ਲੈ ਕੇ, ਬਾਦਲ ਸਾਹਿਬ ਕਹਿ ਰਹੇ ਨੇ ਵੀ ਅਸੀਂ ਗੋਲੀ ਜਿਹੜੀ ਆਰਡਰ ਨਹੀਂ ਦਿੱਤਾ ਹੈਗਾ, ਕਿਸ ਤਰ੍ਹਾਂ ਦੇਖਦੇ ਜੀ? ਸਰ ਦੇਖੋ, ਜਦੋਂ ਵੀ ਇੱਕ ਸਰਕਾਰ ਵਿੱਚ ਕੋਈ ਵੀ ਹਾਦਸਾ ਹੁੰਦਾ ਜਾਂ ਕੋਈ ਵੀ ਵੱਡੀ ਕਾਰਵਾਈ ਹੁੰਦੀ ਹੈ ਅਤੇ ਉਹਦੇ ਵਿੱਚ ਚਾਹੇ ਉਹ ਫੌਜ ਦੀ ਅਸੀਂ ਗੱਲ ਕਰੀਏ ਚਾਹੇ ਕਿਸੇ ਵੀ ਔਰਗਨਾਈਜੇਸ਼ਨ ਦੀ ਗੱਲ ਕਰੀਏ, ਉਹਦਾ ਓਨਸ ਉਹਦੇ ਚੀਫ 'ਤੇ ਲਾਇਆ ਕਰਦਾ। ਜੇ ਉਦੋਂ ਗੋਲੀ ਚੱਲੀ ਸੀ ਤਾਂ ਉਸ ਵੇਲੇ ਪੰਜਾਬ ਦੇ ਚੀਫ ਮਿਨਿਸਟਰ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਸੀਗੇ। ਜੇ ਗੋਲੀ ਉਹਨਾਂ ਦੇ ਆਦੇਸ਼ਾਂ ਅਨੁਸਾਰ ਉਹਨਾਂ ਦੇ ਆਦੇਸ਼ਾਂ ਤੋਂ ਬਗੈਰ ਚੱਲੀ ਤਾਂ ਵੀ ਮੈਂ ਸਮਝਦੀ ਹਾਂ ਕਿ ਉਹਨਾਂ ਦੀ ਕੰਟਰੋਲ 'ਤੇ ਉਹਦੇ ਵਿੱਚ ਵੀ ਫਿਰ ਇਹਦਾ ਮਤਲਬ ਉਹਨਾਂ ਦਾ ਕੰਟਰੋਲ ਨਹੀਂ ਸੀ ਉਹਨਾਂ ਦੀ ਫੋਰਸ 'ਤੇ, ਅਤੇ ਜੇ ਉਹ ਗੋਲੀ ਉਹਨਾਂ ਦੇ ਆਦੇਸ਼ਾਂ 'ਤੇ ਚੱਲੀ ਹੈ ਤਾਂ ਫਿਰ ਤਾਂ ਉਹ ਸਾਰਾ ਸਾਹਮਣੇ ਆ ਹੀ ਗਿਆ ਜਸਟਿਸ ਰਣਜੀਤ ਸਿੰਘ ਜੀ ਦੀ ਰਿਪੋਰਟ 'ਤੇ। ਅਤੇ ਹੁਣ ਉਸ ਚੀਜ਼ ਤੋਂ ਮੁਕਰਨ ਦਾ ਕੋਈ ਮਤਲਬ ਨਹੀਂ ਬਣਦਾ। ਕੱਲ੍ਹ ਨੂੰ ਪੰਜਾਬ ਵਿੱਚ ਕੋਈ ਵੀ ਵਾਰਦਾਤ ਹੁੰਦੀ ਹੈ ਤਾਂ ਉਹਦਾ ਮੇਨ ਉਹਦੀ ਜ਼ਿੰਮੇਵਾਰੀ ਚੀਫ ਮਿਨਿਸਟਰ 'ਤੇ ਅਤੇ ਫਿਰ ਹਰਾਰਕੀ ਦੇ ਥਰੂ ਥੱਲੇ ਆਉਂਦੀ ਹੈ, ਨਾ ਕਿ ਥੱਲੜੇ ਅਸੀਂ ਕਿਸੇ ਸਿਪਾਹੀ 'ਤੇ ਉਹ ਗੱਲ ਪਾ ਕੇ ਅਤੇ ਆਪਣਾ ਭੱਲਾ ਚਾਰ ਜੀ। ਅਤੇ ਸੁਖਬੀਰ ਬਾਦਲ ਜੀ ਯੂਪੀ ਦੇ ਵਿੱਚ 50 ਕਹਿੰਦੇ ਐਮ ਪੀ ਖੜਾ ਕਰਾਂਗੇ ਅਤੇ ਹਰਿਆਣਾ ਦੇ ਵਿੱਚ ਵੀ ਇਲੈਕਸ਼ਨ ਲੜ ਰਹੇ ਨੇ? ਜ਼ਰੂਰ ਕਰਨ ਜੀ, ਕਿਉਂਕਿ ਜਿਸ ਹਿਸਾਬ ਨਾਲ ਉਹਨਾਂ ਦੇ ਪੰਜਾਬ ਵਿੱਚ ਉਹਨਾਂ ਦੇ ਪੋਤੜੇ ਫਰੋਲੇ ਗਏ ਹੈ ਔਰ ਜਿਸ ਤਰੀਕੇ ਨਾਲ ਉਹਨਾਂ ਦੀ ਸੱਚਾਈ ਹੁਣ ਪੰਜਾਬ ਦੀ ਜਨਤਾ ਦੇ ਸਾਹਮਣੇ ਆ ਰਹੀ ਹੈ, ਮੈਨੂੰ ਲੱਗਦਾ ਉਹ ਯੂਪੀ ਅਤੇ ਹਰਿਆਣੇ ਜੋ ਕਿ ਰਹਿ ਜਾਣਗੇ। ਪੰਜਾਬ ਵਿੱਚ ਤਾਂ ਤੁਸੀਂ ਪਿੱਛੇ ਵੀ ਦੇਖਿਆ ਕਿ ਹੁਣ ਉਹਨਾਂ ਦੀ ਆਮ ਦੇ ਡੇ ਟੂ ਡੇ ਰੂਟੀਨ 'ਚ ਵੀ ਉਹਨਾਂ ਦੀ ਚੱਲ ਵੱਲ ਵਿੱਚ ਲੋਕ ਅੜਚਣਾ ਕ੍ਰੀਏਟ ਕਰ ਰਹੇ ਆ, ਲੋਕ ਉਹਨਾਂ ਦਾ ਵਿਰੋਧ ਕਰ ਰਹੇ ਆ। ਸੋ ਮੁਸ਼ਕਿਲ ਹੀ ਹੈ ਕਿ ਉਹ ਪੰਜਾਬ ਵਿੱਚ ਗਾਂ ਤੋਂ ਖੁੱਲ੍ਹੇ ਤੌਰ 'ਤੇ ਤੁਰ ਫਿਰ ਸਕਣਗੇ, ਸੋ ਉਹਨਾਂ ਨੂੰ ਯੂਪੀ ਹਰਿਆਣੇ ਵਿੱਚ ਹੀ ਹਿੱਸਾ ਲੈਣਾ ਪਏਗਾ। ਐਤਕੀ ਤੁਹਾਡਾ ਮੁਕਾਬਲਾ ਜਿਹੜਾ ਲੱਗਦਾ ਪਾਰਟੀ ਦਾ, ਕਿਸ ਪਾਰਟੀ ਨਾਲ? ਦੇਖੋ ਜੀ, ਸਾਡਾ ਮੁਕਾਬਲਾ ਜਿਹੜੀਆਂ ਵੀ ਪਾਰਟੀਆਂ ਨਾਲ ਹੈਗਾ, ਅਕਾਲੀ ਦਲ ਨਾਲ ਜਾਂ ਆਮ ਆਦਮੀ ਪਾਰਟੀ ਨਾਲ, ਮੈਂ ਸਮਝਦੀ ਹਾਂ ਇਸ ਵਾਰੀ ਸਾਡਾ ਮੁਕਾਬਲਾ ਹੈਗਾ ਪੰਜਾਬ ਦੀ ਤਰੱਕੀ ਨੂੰ ਅੱਗੇ ਲਿਜਾਉਣ ਦਾ। ਇਹ ਮੁਕਾਬਲਾ ਕਿਸੇ ਪਾਰਟੀ ਨਾਲ ਨਹੀਂ, ਸਾਡੀ ਕੋਸ਼ਿਸ਼ ਹੋਊਗੀ ਕਿ ਚੰਗੀ ਲੀਡਰਸ਼ਿਪ ਨੂੰ ਉਭਾਰ ਕੇ ਸਾਹਮਣੇ ਲਿਆਈਏ। ਜਿਹੜੀ ਪਿੱਛੋਂ ਦੀ ਪ੍ਰਥਾ ਚੱਲਦੀ ਆਉਂਦੀ ਹੈ ਕਿ ਜਿਹਦੇ 'ਤੇ ਲੀਡਰਾਂ ਨੇ ਹੱਥ ਧਰਦਾ ਜਾਂ ਜਿਹੜਾ ਪਿਛਲੇ ਸਮੇਂ ਤੋਂ ਪਿੰਡਾਂ ਵਿੱਚ ਸਰਪੰਚੀ ਜਿੱਤਦਾ ਆ ਰਿਹਾ, ਉਹਨਾਂ ਨੂੰ ਵੀ ਉਹਨਾਂ ਦੇ ਤਜਰਬੇ ਨੂੰ ਇਸਤੇਮਾਲ ਕਰਕੇ ਪਰ ਇੱਕ ਚੰਗੀ ਨਵੀਂ ਇੱਕ ਡਿਫਰੈਂਟ ਲੀਡਰਸ਼ਿਪ ਨੂੰ ਅੱਗੇ ਲੈ ਕੇ ਆਈਏ ਤਾਂ ਕਿ ਸਹੀ ਮਾਇਨਿਆਂ 'ਚ ਪਿੰਡਾਂ ਦਾ ਲੋਕਾਂ ਦਾ ਵਿਕਾਸ ਹੋ ਸਕੇ।